गल तो उदा शरण की भी ठीक वा, मैनू पता तो लग ही गया भी कितों बोलन रही है। किड्डा भी मरिया कोई हो, थोड़ा बहुता तो अपना नक् बना ही है ना, भावे चाचे चाची ने व्याही आ, पर फिर भी चाचा चाची थोड़ा बहुता कर दे, भतीजी व्याही आ नक् मूज तो बना दे, की पता किदा दे लोग वा। ਦਈ ਆ ਮੇਰੀ ਚੀਜ਼ ਪਈਆਂ ਕਰਨਾ? ਹਾਂਜੀ ਮੈਂ ਨਹੀਂ ਆ, ਮੈਂ ਤਾਂ ਤੇਰੇ ਨਾਲ ਗੱਲ ਕਰਨ ਆਈ ਸੀ। ਹਾਂਜੀ ਦੱਸੋ। ਤੂੰ ਦੱਸ ਮੈਨੂੰ ਕਿ ਸਾਡਾ ਪਰਿਵਾਰ ਕਿੱਦਾਂ ਦਾ ਲੱਗਾ ਤੈਨੂੰ? ਮੰਮੀ ਮੈਨੂੰ ਸਾਰੇ ਜੀ ਨਾ ਬੜੇ ਵਧੀਆ ਲੱਗੀ ਹੈ, ਸਾਰਿਆਂ ਦਾ ਸੁਭਾਅ ਬੜਾ ਚੰਗਾ ਆ। ਹਾਂ ਇਦਾਂ ਹੀ ਨਾ ਪੁੱਤ ਰਲ ਮਿਲ ਕੇ ਰਹਿਣਾ ਵਾ। ਹਾਂ ਮੈਂ ਇਦਾਂ ਹੀ ਰਵਾਂਗੀ। ਹਾਂ ਹੋਰ ਕਿਸੇ ਵੀ ਚੀਜ਼ ਦੀ ਤੈਨੂੰ ਲੋੜ ਹੋਵੇ ਨਾ ਤੂੰ ਉਸੇ ਵੇਲੇ ਮੈਨੂੰ ਦੱਸਣਾ ਵੀ ਮੰਮੀ ਮੈਨੂੰ ਆ ਚੀਜ਼ ਚਾਹੀਦੀ ਆ। ਹਾਂਜੀ ਅੰਮੀ ਉਹ ਤਾਂ ਲਵਲੀ ਮੈਨੂੰ ਆਖਦੇ ਸੀ, ਕਹਿੰਦੇ ਕੋਈ ਵੀ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸੀ ਜੇ ਮੰਮੀ ਹੁਣਾਂ ਦੱਸੀ। ਹਾਂ ਮੈਂ ਤੁਹਾਨੂੰ ਹੀ ਦੱਸਣਾ ਹੈ, ਕੋਈ ਨਹੀਂ ਦੱਸੂਗੀ। ਪੁੱਤ ਕੰਮ ਤੋਂ ਰਹਿਣ ਦੇ, ਆ ਜਾ ਉੱਥੇ ਬਹਿ ਕੇ ਆਪਾਂ ਗੱਲਾਂ ਕਰਦੇ ਆ। ਮੰਮੀ ਥੋੜਾ ਜਿਹਾ ਰਹਿ ਗਿਆ ਸੀ, ਮੈਂ ਕਰਕੇ ਤੇ ਫਿਰ ਆ ਜਾਂਦੀ ਹਾਂ। ਨਹੀਂ ਰਹਿਣ ਦੇ ਤੂੰ, ਬਾਅਦ ਚ ਕਰ ਲਾਂਗੇ, ਆ ਜਾ। ਚਲੋ ਬਹਿ ਮੇਰੀ ਧੀ ਇੱਥੇ। ਹਾਂਜੀ ਮੰਮੀ ਦੱਸੋ। ਮੇਰਾ ਨਾ ਮਨ ਤਾਂ ਨਹੀਂ ਕਰਨ ਡਿਆ ਤੈਨੂੰ ਪੁੱਛਣ ਨੂੰ, ਪਰ ਫਿਰ ਵੀ ਮੈਂ ਤੈਨੂੰ ਪੁੱਛਦੀ ਹਾਂ ਵੀ ਮੰਮੀ ਡੈਡੀ ਨੂੰ ਕੀ ਹੋਇਆ ਸੀ। ਮੰਮੀ ਉਹਨਾਂ ਦੀ ਮੈਂ ਤੁਹਾਨੂੰ ਕੀ ਦੱਸਾਂ, ਉਹਨਾਂ ਸ਼ਹਿਰ ਗਏ ਸੀ, ਉਹਨਾਂ ਦਾ ਨਾ ਮੋਟਰਸਾਈਕਲ ਵਿੱਚ ਨਾ ਗੱਡੀ ਵੱਜ ਗਈ ਸੀ। ਅੱਛਾ। ਉਹ ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ। ਹੈ ਇਹ ਤਾਂ ਬੜਾ ਮਾੜਾ ਹੋਇਆ। ਤੇ ਫਿਰ ਮੰਮੀ ਦੋਵੇਂ ਥਾਂ ਹੀ ਮੁੱਕ ਗਈ ਸੀ। ਤਾਂ ਬੜਾ ਔਖਾ ਵਾ, ਅਤੇ ਭਰਾ ਵੀ ਇਹਦੇ ਛੋਟਾ ਵਾ। ਭਰਾ ਵੀ ਮੰਮੀ ਨਿੱਕਾ ਵਾ ਹਲੇ, ਉਹਨੂੰ ਵਿਚਾਰੇ ਨੂੰ ਕੀ ਪਤਾ ਆ, ਹਲੇ ਪਲੱਸ ਟੂ ਤਾਂ ਮਹਾਂ ਕੀਤੀ ਆ। ਚੱਲ ਪੁੱਤ ਤੇਰੇ ਚਾਚਾ ਚਾਚੀ ਚੰਗੇ ਆ ਜਿਨ੍ਹਾਂ ਨੇ ਤੈਨੂੰ ਆਪਣੇ ਬੱਚਿਆਂ ਨੂੰ ਪਾਲਿਆ ਵਾ, ਅਤੇ ਚੱਲ ਕੋਈ ਗੱਲ ਨਹੀਂ, ਔਖਾ ਸੌਖਾ ਟਾਈਮ ਤਾਂ ਫਿਰ ਆ ਹੀ ਜਾਂਦਾ ਬੰਦੇ 'ਤੇ, ਇੱਦਾਂ ਹੀ ਮਹਾਰਾਜ ਹੀ ਆ ਟਾਈਮ ਕੱਢਣ ਵਾਲਾ। ਅਤੇ ਮੰਮੀ ਉਹ ਤਾਂ ਗੱਲ ਤੁਹਾਡੀ ਠੀਕ ਵਾ, ਵਿਚਾਰਿਆਂ ਬਥੇਰਾ ਸਾਥ ਦਿੱਤਾ ਆ, ਪਰ ਮੰਮੀ ਜੋ ਮਾਂ ਪਿਓ ਹੁੰਦੇ ਆ ਨਾ, ਮਾਂ ਪਿਓ ਹੀ ਹੁੰਦੇ ਆ। ਇਹ ਗੱਲ ਤਾਂ ਪੁੱਤ ਹੈ ਹੀ ਆ। ਹੁਣ ਮੰਮੀ ਵਿਆਹ ਵੀ ਕੀਤਾ ਵਾ ਨਾ, ਕਜਾ ਅਗਲਿਆਂ ਦੇ ਹੱਥ ਵੱਲ ਵੇਖਣਾ ਸੀ, ਸਾਨੂੰ ਕੁਛ ਲੈ ਕੇ ਦੇਣ, ਅਤੇ ਕਜਾ ਮਾਂ ਪਿਓ ਨੇ ਆਪਣੀਆਂ ਰੀਝਾਂ ਪੂਰੀਆਂ ਕਰਨੀਆਂ ਅਤੇ ਫਿਰ ਸਾਡਾ ਵਿਆਹ ਕਰਨਾ ਸੀ। ਅਤੇ ਪੈਲੀ ਪੁਲੀ ਆਪਣੀ ਕਿੰਨੀ ਕੁ? ਪੈਲੀ ਮੰਮੀ ਹੈਗੇ 2 ਕਿੱਲੇ। ਚੱਲ 2 ਕਿੱਲੇ ਵੀ ਪੁੱਤ ਠੀਕ ਆ, ਆਪਣਾ ਗੁਜ਼ਾਰਾ ਵਿਚਾਰਾ ਤਾਂ ਹੋ ਹੀ ਜਾਂਦਾ ਵਾ, ਜੇ ਕੋਈ ਹੋਰ ਵੀ ਕੰਮ ਹੋਵੇ ਤਾਂ ਕਰ ਹੀ ਸਕਦਾ ਬੰਦਾ। ਮੰਮੀ ਡਿਆ ਉਹਦਾ ਪਲੱਸ ਟੂ ਕੀਤੀ ਉਹਨੇ ਕਰਨ ਨੇ, ਤੇ ਹੁਣ ਆਖਦਿਆ ਸੀ ਅੱਗੇ ਵੇਹਣਾ ਵਾ ਕੋਈ ਨੌਕਰੀ ਨਾਕਰੀ ਜੇ ਮਿਲ ਗਈ ਨਾ, ਤੇ ਫਿਰ ਚੱਲ ਆਪੇ ਕਿਤੇ ਲੱਗ ਜੂਗਾ। ਚੱਲ ਕੋਈ ਨੀ ਪੁੱਤ, ਮਹਾਰਾਜ ਨੇ ਤੁਹਾਨੂੰ ਇੱਥੋਂ ਤੱਕ ਲੈਂਦਾ ਵਾ ਨਾ, ਅੱਗੇ ਵੀ ਉਹੋ ਹੀ ਸਾਥ ਦਊਗਾ। ਹੋਰ ਮੰਮੀ ਤਾਂ ਇੰਨਾ ਹੀ ਬੜਾ ਆ ਕਿ ਮੈਨੂੰ ਚੱਲ ਮੰਮੀ ਦੀ ਥਾਂ ਤੇ ਤੁਸੀਂ ਮਿਲ ਗਏ। ਹਾਂ ਨਹੀਂ ਨਹੀਂ ਤੂੰ ਫਿਕਰ ਨਾ ਕਰ, ਬਸ ਹੁਣ ਮੈਨੂੰ ਧੀਆਂ ਵਾਂਗੂ ਰੱਖੋ ਤੇ ਮੈਂ ਤੁਹਾਨੂੰ ਮਾਂ ਵਾਂਗੂ ਰੱਖੂੰਗੀ। ਹਾਂ ਨਹੀਂ ਨਹੀਂ ਹੁਣ ਤੂੰ ਮੇਰੀ ਧੀ ਆ, ਮੈਂ ਧੀਆਂ ਵਾਂਗੂ ਤੈਨੂੰ ਰੱਖੂੰਗੀ। ਚੱਲ ਠੀਕ ਆ ਮੰਮੀ, ਬੈਠੋ ਤੁਸੀਂ, ਮੈਂ ਥੋੜ੍ਹਾ ਜਿਹਾ ਕੰਮ ਰਹਿ ਗਿਆ ਉਹ ਕਰ ਲਾਂ। ਚੱਲ ਕਰ ਲਾ ਤੂੰ। ਹੈ ਕਿੱਲੇ ਤੇ ਕਹਿਣ ਦੇ 2 ਹੈਗੇ ਸੀਗੇ, ਪਰ ਇਹਨਾਂ ਵੀ ਕਿਉਂ ਮਰ ਗਏ? ਥੋੜ੍ਹਾ ਬਹੁਤਾ ਤਾਂ ਕਰ ਹੀ ਸਕਦੇ ਸੀ, 1-2 ਚੀਜ਼ਾਂ ਹੀ ਦੇ ਦਿੰਦੇ। ਇਹ ਤਾਂ ਬਿਲਕੁਲ ਹੀ ਨਾ ਗੁੰਮ ਹੋ ਗਈ ਪੈ ਗਈ ਵੀ ਨਾ ਹੀ ਕੁਛ ਕਰਨਾ ਪਵੇ, ਹੱਦ ਹੋ ਗਈ ਆ। ਮੁੰਡੇ ਵਾਲੇ ਤਾਂ ਕਹਿੰਦੇ ਹੁੰਦੇ ਆ ਵੀ ਸਾਨੂੰ ਕੁਛ ਨਹੀਂ ਚਾਹੀਦਾ, ਧੀਆਂ ਵਾਲੇ ਤਾਂ ਆਪ ਚੀਜ਼ ਦਿੰਦੇ ਆ ਸਗੋਂ। ਚੁੱਪ ਕਰਕੇ ਗਾਂ ਲੰਘੇ ਜਿੱਥੇ ਤੇ ਆਓ। ਕੀ ਗੱਲ ਹੋ ਗਈ ਆ? ਇੱਥੇ ਬਹੁਤ ਮੇਰੀ ਗੱਲ ਸੁਣੋ। ਹਾਂ ਕਿੱਥੋਂ ਆਏ ਜੇ? ਉਹ ਇੱਥੇ ਅੱਡੇ ਤੇ ਕੰਮ ਹੀ ਥੋੜਾ ਜਿਹਾ। ਅੱਛਾ, ਆਪ ਤੁਸੀਂ ਫੇਰੇ ਤੋਰੇ ਤੇ ਰਹਿੰਦੇ ਸਾਰਾ ਦਿਨ? ਤੂੰ ਗੱਲ ਤੇ ਦੱਸ। ਗੱਲ ਕਾਹਦੀ ਦੱਸਣੀ ਆ, ਮੈਨੂੰ ਤਾਂ ਟੈਨਸ਼ਨ ਹੀ ਲੱਗੀ ਰਹਿੰਦੀ ਆ। ਕਾਹਦੀ ਟੈਨਸ਼ਨ ਹੋ ਗਈ ਆ? ਵਿਚਾਰੇ ਲਵਲੀ ਦਾ ਤੇ ਵਿਆਹ ਹੋ ਗਿਆ। ਆਹੋ, ਹੁਣ ਮੇਰੇ ਪੁੱਤ ਵਾਸਤੇ ਵਧੀਆ ਜੀ ਕੁੜੀ ਲੱਭ ਜੇ ਨਾ ਤੇ ਆਪਾਂ ਇਹਦਾ ਵਿਆਹ ਕਰ ਦਈਏ। ਉਹ ਚੱਲ ਇਹ ਤੇ ਹੁਣ ਚੱਲ ਇੱਕ ਦਾ ਤੇ ਹੋ ਗਿਆ, ਤੇ ਆਪਣੇ ਜੋਬਨ ਦਾ ਵੀ ਹੋ ਹੀ ਜਾਣਾ ਵਾ। ਹਾਂ, ਪਰ ਮੈਨੂੰ ਇਹ ਆ ਨਾ ਵੀ ਕੋਈ ਵਧੀਆ ਜਿਹਾ ਘਰ ਲੱਭ ਜੇ ਤੇ ਸੋਹਣੀ ਜੀ ਕੁੜੀ ਲੱਭ ਜੇ ਤੇ ਚੱਲ ਆਪਾਂ ਵਿਆਹ ਕਰ ਦਈਏ ਹਨਾ, ਟਾਈਮ ਨਾਲ ਹੀ। ਰਿਸ਼ਤਾ ਤਾਂ ਹੁਣ ਇਸ ਤਰ੍ਹਾਂ ਹੀ ਆ, ਕਿਤੇ ਕਿਸ ਨੂੰ ਕਵਾਂਗੇ ਤੇ ਫੇਰ ਹੀ ਆ। ਚੱਲ ਕੋਈ ਨਹੀਂ, ਉਹਦਾ ਦੀ ਮਾਸੀ ਵੀ ਦੱਸਾਂ ਦੱਸਾਂ ਪਾਉਂਦੀ ਰਹਿੰਦੀ ਆ। ਤੇ ਕਰਕੇ ਫੋਨ ਤੁਸੀਂ ਵੇਖ ਲਿਓ। ਆ ਚੱਲ ਕੋਈ ਨਹੀਂ, ਵੇਖਣ ਡਈ ਆ ਫਿਕਰ ਵਾ ਨੂੰ ਉਦਾਂ। ਉਹ ਤਾਂ ਨੋ ਰਾਣੀ ਚੰਗੀ ਆ। ਆ ਹੈ ਤਾਂ ਚੰਗੀ ਆ, ਪਰ ਐਡਾ ਮੈਂ ਲਾਗੇ ਬੈਠੀ ਨਹੀਂ ਗਈ ਅਜੇ ਤੱਕ। ਅੱਛਾ। ਆਹੋ ਕੋਈ ਨਹੀਂ, ਮੁੜ ਕੇ ਕੋਲ ਮਿਲ ਜਾਣਾ ਵਾ। ਤੇ ਉਹਦਾ ਮੈਨੂੰ ਤਾਂ ਚੰਗੀ ਲੱਗਦੀ ਆ। ਨਹੀਂ ਹੈ, ਵੇਖਣ ਨੂੰ ਚੰਗੀ ਲੱਗਦੀ ਆ। ਚਲੋ ਬਾਕੀ ਵੇਖੋ ਗਾੜੀ ਕੀ ਬਣਦਾ। ਆ ਨਹੀਂ ਨਹੀਂ, ਜਿੱਥੋਂ ਤੱਕ ਮੈਂ ਵੇਖਿਆ ਵਾ ਨਾ ਚੰਗੀ ਲੱਗਦੀ ਆ ਇਹ ਤੇ। ਹੈਗੇ ਕਹਿੰਦੇ ਦੋਵੇਂ ਭੈਣ ਭਰਾ ਹੀ ਆ। ਹਾਂਜੀ, ਮਾਂ ਪਿਓ ਹੈ ਨਹੀਂ ਵਿਚਾਰੀ ਦੇ। ਚਲੋ ਕੋਈ ਗੱਲ ਨਹੀਂ, ਹੋ ਜਾਂਦਾ ਵਾ ਵਧੀਆ ਨਾ। ਨਹੀਂ ਨਹੀਂ, ਹੈਗੀ ਚੰਗੀ ਆ, ਮਾਂ ਪਿਓ ਦਾ ਪਿਆਰ ਨਹੀਂ ਮਿਲਿਆ। ਹਾਂ ਹਾਂ, ਚੰਗੀ ਰਹਿਣਾ ਵਾ ਇਹਨੇ। ਆ ਚਲੋ ਬਾਕੀ ਰਮਨ ਵੀ ਸਿਆਣੀ ਆ। ਸਿਆਣੀ ਬਣ ਕੇ ਰਹੂਗੀ ਤੇ ਚੰਗੀ ਰਹਿ ਜੂਗੀ। ਉਹ ਤੇ ਗੱਲ ਆ, ਨਾਲ ਲਾ ਕੇ ਰੱਖੂਗੀ ਨਾ ਆਪਣੇ ਮਾਂ ਦਾ ਪਿਆਰ ਦਊਗੀ ਤੇ ਆਪੇ ਉਹਦਾ ਕਿਹੜਾ ਦਿਮਾਗ ਖਰਾਬ ਆ ਕੇ ਗੱਲ ਕਰੂਗੀ ਗਾੜੀ ਕੋ ਹਨਾ। ਚੱਲ ਮਨਜਿੰਦਰ, ਪਲਾ ਜਾਨੀ ਆ ਮਨਾਉਣ ਲੱਗੇ ਹੈ। ਚਲੋ ਕਰ ਲਓ ਗੱਲਬਾਤ ਹੈ। ਚੱਲ ਮੇਰੀ ਗੱਲ ਸੁਣ, ਉਹ ਕਿੱਧਰੋਂ ਆ ਗਿਆ ਕਰਦਾ? ਉਹ ਮੈਂ ਕਿੱਥੇ ਜਾਣਾ ਵਾ?
ਉਹ ਮੇਰੀ ਗੱਲ ਸੁਣ ਉਹ ਮਾਂ ਤੇ ਤੇਰੇ ਇੰਨਾ ਫਿਕਰ ਦੇ ਹੀ ਕਰਨ ਕਿੱਥੇ ਗਿਆ ਸੀ ਉਹ ਮੈਂ ਕਿੱਥੇ ਜਾਣਾ ਵਾ ਜੁੜੀਦਾਰ ਤੇ ਮੇਰਾ ਤੁਸੀਂ ਵੱਖ ਕਰਦਾ ਮੇਰੇ ਨੂੰ ਮੈਂ ਹੁਣ ਇਦਾਂ ਹੀ ਕਦੀ ਕਿਤੇ ਤੇ ਕਦੀ ਕਿਤੇ ਯਾਰ ਵੱਖ ਕਰਦਾ ਕਰਦਾ ਵਾ ਉਹਨੇ ਘਰ ਨਹੀਂ ਆਪਣਾ ਵਸਾਉਣਾ ਉਹ ਚੱਲ ਵਸਾ ਲਿਆ ਘਰ ਹੁਣ ਚੰਗੇ ਜੇ ਨਾ ਮੇਰਾ ਤਾਂ ਅੱਧਾ ਤੇਰਾ ਵੀ ਕੰਮ ਕਰਨਾ ਪੈਣਾ ਐਵੇਂ ਨਾ ਕਰਿਓ ਕਿਤੇ ਅਜੇ ਰਹਿਣ ਦੋ ਥੋੜਾ ਚਿਰ ਕੋਈ ਨਹੀਂ ਹੁੰਦਾ ਕੀ ਗੱਲ ਨਹੀਂ ਹੁਣ ਵਿਆਹ ਉਦੋਂ ਕਰਨੇ ਤੋਂ ਵੱਡਾ ਹੋ ਗਿਆ ਉਹ ਡੈਡੀ ਐਵੇਂ ਨਾ ਗੁੱਸੇ ਹੋ ਜਾਓ ਕਰ ਲਾਂਗੇ ਜਦੋਂ ਕਹਾਉਣਾ ਹੋਊਗਾ ਆਪੇ ਹੋਜੂ ਕੋਈ ਨਹੀਂ ਉਹ ਮੇਰੀ ਗੱਲ ਸੁਣ ਜਾਂ ਅੱਜ ਨਹੀਂ ਵਿਆਹ ਕਰਨਾ ਤੇ ਕਿ ਨੌਕਰੀ ਨੁਕਰੀ ਕਰ ਲਾ ਕੋਈ ਕਰ ਲਾਂਗੇ ਨੌਕਰੀ ਕੋਈ ਨਹੀਂ ਮੈਂ ਡਿਆ ਕਿਸੇ ਪਾਸੇ ਹੱਥ ਬੱਲਾ ਮਾਰਨ ਬਣ ਜੂਗੀ ਗੱਲ ਤੇ ਕੋਈ ਨਹੀਂ ਕਰ ਲਾਂਗੇ ਸਾਰੇ ਕੰਮ ਪਤਾ ਨਹੀਂ ਗੱਲ ਕਦੋਂ ਬਣਨੀ ਰੋਜ਼ ਚੱਲ ਜਾਂਦਾ ਵਾ ਕਿਸੇ ਨਾ ਕਿਸੇ ਪਾਸੇ ਕੋਈ ਗੱਲ ਹੱਦ ਹੋਈ ਹੈ ਚੱਲ ਕੋਈ ਨੀ ਪੁੱਤ ਹੌਲੀ ਹੌਲੀ ਆਦਤ ਪੈ ਨੀ ਹੁੰਦੀ ਆ ਪਰ ਹੁਣ ਬਹੁਤਾ ਨਾ ਕਰਿਆ ਕਰ ਥੱਕ ਜਾਏਗੀ ਠੀਕ ਆ ਹਾਂ ਥੋੜਾ ਬਹੁਤਾ ਕਰ ਲਿਆ ਹੁਣ ਤੇ ਰੈਸਟ ਕਰ ਲਈ ਕੋਈ ਗੱਲ ਨੀ ਆਪਾਂ ਵੀ ਹੈਗੀਆਂ ਵਾ ਕੋਈ ਨੀ ਹੁਣ ਜਿਹੜੀ ਤੇਰੇ ਮਾਂ ਪਿਓ ਦੀ ਕਮੀ ਆ ਨਾ ਉਹੀ ਪੂਰੀ ਕਰਾਂਗੇ ਚੰਗਾ ਰੋਗੀ ਭਰਿਆ ਜਾਂਦਾ ਆ ਹੈ ਤਾਂ ਪੁੱਤ ਗੱਲ ਸਹੀ ਆ ਉਹਨਾਂ ਦੀ ਕਮੀ ਨਹੀਂ ਆਪਾਂ ਪੂਰੀ ਕਰ ਸਕਦੇ ਪਰ ਕੋਸ਼ਿਸ਼ ਕਰਾਂਗੇ ਪੂਰੀ ਵੀ ਤੈਨੂੰ ਯਾਦ ਨਾ ਆਵੇ ਪਰ ਮਾਂ ਪਿਓ ਭੁੱਲਣ ਵਾਲੀ ਚੀਜ਼ ਨੀ ਹੁੰਦੇ ਤੂੰ ਨਾ ਮੇਰੀ ਧੀ ਬਹੁਤਾ ਕੰਮ ਨਾ ਕਰਿਆ ਕਰ ਚੰਗਾ ਚੱਲ ਪੁੱਤ ਜਿਹੜੀ ਘੜੀ ਲੰਘ ਜਾਣਾ ਪਿਆਰ ਨਾਲ ਉਹ ਹੀ ਚੰਗੀ ਹੁੰਦੀ ਆ ਤੇ ਚੱਲ ਮੇਰਾ ਪੁੱਤ ਧਿਆਨ ਰੱਖਿਆ ਕਰ ਆਪਣਾ ਚੰਗਾ ਹਾਂਜੀ ਠੀਕ ਹੈ ਨਹੀਂ ਮੈਂ ਵੇਖਾਂ ਜਾ ਕਰ ਜੀ ਲੱਗਿਆ ਗੱਲਾਂ ਬਾਤਾਂ ਕਰਦੇ ਆ ਚੱਲ ਕੋਈ ਨੀ ਫੇਰ ਕਰ ਲਾਂਗੇ ਮੈਨੂੰ ਪਰ ਨੀਂਦ ਨੀ ਆਉਣ ਡਈ ਕੀ ਕਰਾਂ ਹੁਣ ਮੈਂ ਪਹਿਲਾਂ ਤਾਂ ਮੈਨੂੰ ਇਹੀ ਲਵਲੀ ਦਾ ਰਿਸ਼ਤਾ ਹੋ ਜੇ ਕਿਸੇ ਤਰ੍ਹਾਂ ਜੇ ਹੁਣ ਰਿਸ਼ਤਾ ਹੋਇਆ ਵਾ ਨਾ ਤੇ ਮੈਨੂੰ ਤੇ ਇਹੋ ਗੱਲ ਸਤਾਈ ਜਾਣ ਡਈ ਆ ਤੇ ਹੁਣ ਭੈਣ ਭਰਾ ਵਿਚਾਰ ਆਉਣੇ ਆ ਉਹਨਾਂ ਨੇ ਵੀ ਪੁੱਛਣਾ ਵਾ ਵੀ ਕੀ ਆਇਆ ਵਾ ਨੌਂ ਦਾ ਤੇ ਕੀ ਗਾੜੀ ਮੈਂ ਦੱਸੂੰਗੀ ਨਹੀਂ ਇਹਦੇ ਤੇ ਕੰਨ ਵੀ ਬੁੱਚੇ ਹੀ ਜੋ ਕੁਝ ਹੈਗਾ ਮੈਂ ਹੀ ਬਣਾ ਕੇ ਦਿੱਤਾ ਦੱਸ ਕੀ ਲੋਕ ਕਰਦੇ ਆ ਲੋਕਾਂ ਨੂੰ ਇੰਨਾ ਨੀ ਪਤਾ ਵੀ ਧੀ ਤੋਰਨੀ ਆ ਤੇ ਕੰਨ ਹੀ ਕੱਚ ਲਈ ਰਮਨ ਕੀ ਇਕੱਲੀ ਗੱਲਾਂ ਕਰੀ ਜਾਣ ਡਈ ਹੁਣ ਮਾਸੀ ਤੁਸੀਂ ਚੰਗੇ ਭਲੇ ਜੇ ਤੇ ਕੀ ਦਾਜ ਦੋਂ ਆਇਆ ਕੱਖ ਨੀ ਗਾ ਕਿੱਥੇ ਮੁੰਡਾ ਤੂੰ ਵਿਆਹ ਲਿਆ ਵਾ ਓਦਾਂ ਦਾ ਮੈਨੂੰ ਬੜਾ ਫਿਕਰ ਤੇ ਜਿੱਦਾਂ ਦਾ ਸ਼ਰਨ ਦਾ ਫੋਨ ਆਇਆ ਵਾ ਨਾ ਓਦਾਂ ਦਾ ਤਾਂ ਮੈਨੂੰ ਬੜਾ ਫਿਕਰ ਲੱਗਾ ਸੀ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਹਾਂ ਰਮਨ ਤੂੰ ਤਾਂ ਐਵੇਂ ਫਿਕਰ ਕਰੀ ਜਾਣ ਡਈ ਆ ਮਹਾਰਾਜ ਦੇ ਤਾਂ ਸਭ ਕੁਝ ਸਾਡੇ ਕੋਲ ਆ ਬਾਕੀ ਇਹ ਆ ਵੀ ਕੁੜੀ ਚੰਗੀ ਆ ਹੈ ਤਾਂ ਤੁਹਾਡੀ ਗੱਲ ਠੀਕ ਆ ਪਰ ਭੈਣ ਭਰਾਵਾਂ ਦਾ ਮੂੰਹ ਥੋੜਾ ਫੜ ਲੈਣਾ ਵਾ ਉਹਨਾਂ ਨੇ ਤਾਂ ਗੱਲ ਹੀ ਕਰ ਦੇਣੀ ਆ ਨਾ ਉਹ ਰਮਨ ਸਿਰੇ ਸਿਰੇ ਕਿਤੇ ਰੱਬ ਦਾ ਨਾਂ ਲੈ ਕੀ ਗੱਲਾਂ ਕਰੀ ਜਾਣ ਡਈ ਤੂੰ ਜਾ ਉੱਠ ਕੇ ਕਿਤੇ ਕੋਈ ਕੰਮ ਕਰ 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 ਲਈ ਨਹੀਂ ਕੰਮ ਇਹਨਾਂ ਨੂੰ ਤਮਾਸਾ ਫਿਕਰ ਨਹੀਂ ਲਿਆਗਾ ਵੀ ਲੋਕੀ ਗੱਲਾਂ ਕਰਨਗੇ ਬਾਹਰ ਕੀ ਪਤਾ ਕਿੱਦਾਂ ਦਾ ਮਨ ਹੋਇਆ ਇਹਨਾਂ ਦਾ
उठ गई हां हां उठ गया अच्छा आ फटाफट चल लेट ही पड़ी उठती है ना टाइम ना उठिया करो हां लेट यार सुबह के उठ के की करना 8 बज गए है उतो चल बंदा टाइम ना उठे अपना काम काम देख लेंदा कोई काम सारे हो ही है काम ना उठे की है बाकियां देती चल हां बाकियां दी आई है सारे ने पीन दे होनी होनी अच्छा अच्छा हां बाबा ने गल करनी ही ਕੱਲ ਨਾ ਤਾਈ ਆਈ ਹਿੰਦਰ ਲੱਗੀ ਆਹੋ ਮੈਂ ਡਈ ਇੱਥੇ ਅੰਦਰ ਸਫਾਈ ਕਰਨਾ ਨਾ ਕਿਤਾਬਾਂ ਕਿਤੂਬਾਂ ਦਾ ਖਲਾਰਾ ਬੜਾ ਪਿਆ ਸੀ ਉਹ ਡਈ ਸੀ ਸਾਂਭਣ ਅੱਛਾ ਤਾਂ ਵੀ ਤਾਈ ਇਹਦੀ ਚਲਾ ਬੈ ਮੇਰੇ ਲੱਗੇ ਗੱਲਾਂ ਬਾਤਾਂ ਕਰਨੀ ਆ ਆਹੋ ਤੇ ਕੀ ਬੈਠੀ ਰਹੀ ਹੋਵੇ ਕਿੰਨਾ ਚਿਰ ਆਹੋ ਆਖਣਾ ਵੀ ਸਰੀ ਦਾ ਸੁਭਾਅ ਬੜਾ ਚੰਗਾ ਦੰਦ ਦਾ ਨਹੀਂ ਸੁਭਾਅ ਦੀ ਠੀਕ ਆ ਦੰਦ ਹਾਂ ਡਈ ਸੀ ਉਹ ਆਖਣੀ ਸੀ ਤੇਰੇ ਮਾਂ ਪਿਓ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਆ ਮੈਨੂੰ ਕਹਿੰਦੇ ਸੀ ਕਿ ਅਸੀਂ ਨਾ ਤੇਰੇ ਮਾਂ ਪਿਓ ਦੀ ਕਮੀ ਨਹੀਂ ਮਹਿਸੂਸ ਹੋਣ ਦਿੰਦੇ ਆਹੋ ਤੈਨੂੰ ਨਾ ਆਪਣੀ ਧੀ ਬਣਾ ਕੇ ਰੱਖਾਂਗੇ ਉਹ ਯਾਰ ਜਿੱਦਾਂ ਹੁਣ ਤੂੰ ਵਰਤੇਂਗੀ ਉਹਨਾਂ ਨਾਲ ਉਦਾਂ ਹੀ ਉਹਨਾਂ ਵਰਤਣਾ ਇਹ ਆ ਵੀ ਤੂੰ ਚੰਗੇ ਰਹੇਂਗੀ ਤੇ ਉਹ ਵੀ ਚੰਗੇ ਰਹਿਣਗੇ ਆਹੋ ਨਹੀਂ ਇਹ ਤੇ ਗੱਲ ਤਾਂ ਠੀਕ ਆ ਉਦਾਂ ਮੈਨੂੰ ਆਖਦੇ ਸੀ ਕਿ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਨਾ ਤੇ ਮੈਨੂੰ ਦੱਸ ਦੇ ਆਹੋ ਉਹ ਤੇ ਗੱਲ ਦੱਸ ਦੇ ਕਰ ਦੋ ਉਹਨਾਂ ਨੂੰ ਹਾਂ ਨਹੀਂ ਸੁਭਾਅ ਦੇ ਬੜੇ ਚੰਗੇ ਆ ਵੈਸੇ ਮੰਮੀ ਉਦਾਂ ਹੈ ਹੀ ਹੈ ਆ ਪਰ ਉਹਨਾਂ ਦਾ ਵੱਖਰਾ ਸੁਭਾਅ ਹੈ ਇਹਨਾਂ ਦਾ ਥੋੜਾ ਜਿਹਾ ਪਰ ਇਹ ਆ ਨਾ ਜਿਹੜੀ ਵੀ ਗੱਲ ਹੋਏ ਇਹਨਾਂ ਨੂੰ ਦੱਸ ਦਿਆ ਕਰ ਨਹੀਂ ਨਹੀਂ ਉਹਨਾਂ ਨੂੰ ਦੱਸੂਗੀ ਹੋਰ ਕਿਹਨੂੰ ਦੱਸਣਾ ਚਾਹੀਦਾ ਤੁਹਾਨੂੰ ਦੱਸੂਗੀ ਚਾਹੀਦਾ ਨਹੀਂ ਦੱਸੂਗੀ ਮਤਲਬ ਜਦੋਂ ਬੰਦਾ ਉਹਲਾ ਰੱਖਣ ਦਿਆ ਵੇ ਨਾ ਹਾਂ ਫਿਰ ਕੰਮ ਖਰਾਬ ਹੁੰਦਾ ਨਹੀਂ ਨਹੀਂ ਉਹਲਾ ਕਾਲੀ ਰੱਖਣਾ ਆ ਆਹ ਤੇ ਨਾਲੇ ਬਾਕੀ ਗੱਲ ਉਹ ਹੀ ਉਹ ਪੁੱਛਿਆ ਕਰਨ ਵਾਲੋਂ ਕਿਤੇ ਹੁਣ ਕਰਨ ਵਾਲੋਂ ਮੈਂ ਕੀਤੀ ਆ ਗੱਲ ਇੱਕ ਦੋ ਏਜੰਟ ਨੂੰ ਪੁੱਛਿਆ ਵਾ ਹਾਂ ਮੁੰਡਿਆਂ ਨੂੰ ਵੀ ਪੁੱਛਿਆ ਵਾ ਅੱਛਾ ਮੈਂ ਬਾਹਰ ਬੂਲ ਕਰ ਦਿੰਨੇ ਆ ਚਲ ਇੱਥੇ ਵੇਖ ਲੈਨੇ ਚੱਲ ਲੱਗੇ ਥਾਂ ਕਿਤੇ ਉਹ ਬਾਹਰ ਚੰਗਾ ਵਾ ਇੱਥੇ ਫੇਰ ਮੁੰਡਿਆਂ ਮਾਣਿਆਂ ਫਿਰਦਾ ਰਹਿਣਾ ਉਹਨੇ ਤੇ ਗੱਡੀ ਗੁੱਡੀ ਚਲਾ ਲੈਂਦਾ ਨਾ ਉਹ ਲਵਲੀ ਗੱਡੀ ਦੇ ਵੇਲੇ ਚਲਾ ਲੈਂਦਾ ਵਾ ਉਹ ਤੇ ਪਰ ਮੈਨੂੰ ਇਹ ਟੈਨਸ਼ਨ ਵਾ ਇੰਨੇ ਪੈਸੇ ਕੌਣ ਲਾਊਗਾ ਯਾਰ ਪੈਸੇ ਉਹ ਚਾਚਾ ਲਾਊ ਥੋੜੇ ਬੋਤੇ ਹੀ ਲਾ ਦਾਂਗੇ ਉਹ ਤੇ ਗੱਲ ਤਾਂ ਠੀਕ ਆ ਪਰ ਹੁਣ ਉਹਨਾਂ ਵਿਆਹ ਦੇ ਵੀ ਇੰਨਾ ਖਰਚਾ ਕੀਤਾ ਆ ਤੇ ਹੁਣ ਉਹਦੇ ਤੇ ਵੀ ਫਿਰ ਕਿਦਾਂ ਲਾਉਣਗੇ ਚਾਹ ਥੋੜੇ ਬੋਤੇ ਤੇ ਕਰਨਗੇ ਹੀ ਬਾਕੀ ਲਵਲੀ ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਹਾਥੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਆ ਤੇ ਵਿਖਾਉਣ ਵਾਲੇ ਹੋਰ ਹੁੰਦੇ ਆ ਬਾਕੀ ਜਿਹੜੇ ਉੱਤੋਂ ਹੋਰ ਹੁੰਦੇ ਆ ਨਾ ਤੇ ਵਿੱਚੋਂ ਹੋਰ ਨਿਕਲਦੇ ਆ ਉਹ ਯਾਰ ਜੇ ਹਾ ਗੱਲ ਆ ਨਾ ਹੁਣ ਸਾਰੇ ਪੈਸੇ ਫਿਰ ਮੈਂ ਹੀ ਲਾ ਦੂੰਗਾ ਇਹ ਆ ਵੀ ਕੱਲਾਂ ਨੂੰ ਬਾਹਰ ਹੀ ਆ ਹੁਣ ਚੱਲ ਵੇਖ ਲਓ ਫਿਰ ਬਾਕੀ ਘਰਦਿਆਂ ਨਾਲ ਸਲਾਹ ਕਰ ਲਿਓ ਨਾ ਘਰਦਿਆਂ ਨੂੰ ਵੀ ਕੋਈ ਮੈਂ ਪੁੱਛ ਲੂੰਗਾ ਉਹਨੂੰ ਕਹਿ ਵੀ ਆਪਣੇ ਮੈਨੂੰ ਨਾ ਸਰਟੀਫਿਕੇਟਾਂ ਦੀਆਂ ਫੋਟੋਆਂ ਕਾਪੀਆਂ ਕਰ ਲੈ ਹਾਂ ਤੇ ਤੂੰ ਰੋਟੀ ਪਾਣੀ ਦਾ ਕਰ ਲੈ ਫਿਰ ਕਰਨੀ ਇਹਨਾਂ ਗੱਲ ਚੱਲ ਠੀਕ ਆ ਫਿਰ ਵੇਖ ਹਾਂ ਕੋਈ ਨਹੀਂ ਕਰ ਦਿੰਦੇ ਉਹਨੂੰ ਬਾਹਰ ਹੀ ਕਰ ਲੈਣਾ ਚੱਲ ਯਾਰ ਜੇਕਰ ਬਾਹਰ ਚੱਲ ਜੂਗਾ ਤੇ ਉਹਨਾਂ ਦੀਆਂ ਵੀ ਗਰੀਬੀਆਂ ਨਿਕਲ ਜਾਣਗੀਆਂ ਨਾਲੇ ਇਹਦਾ ਵੀ ਬੋਝ ਹਲਕਾ ਹੋ ਜੂਗਾ ਥੋੜ੍ਹਾ ਜਿਹਾ ਚੱਲ ਕੋਈ ਗੱਲ ਨਹੀਂ ਲਾ ਦਾਂਗੇ ਪੈਸੇ ਉੱਥੇ ਕਿਉਂ ਹੁੰਦੇ ਆਪਾਂ ਪਤਾ ਨਹੀਂ ਕਿੱਥੇ ਵੜ ਕੇ ਬੈਠੀ ਅੱਜ ਸਵੇਰ ਦੀ ਨਹੀਂ ਰੜਕੀ ਕੱਲ ਤੇ ਬੜੀਆਂ ਗੱਲਾਂ ਕਰਦੀ ਫਿਰਦੀ ਸੀਗੀ ਨਾ ਨਾ ਉਹ ਲੱਭੀ ਇਹਦੀ ਸਵੇਰ ਦੀ ਤੇ ਨਾ ਇਹ ਲੱਭੀ ਆ ਪਤਾ ਨਹੀਂ ਕਿੱਥੇ ਵੜੀ ਆ ਮੈਂ ਸਾਰੇ ਕੰਮ ਕਰ ਲੈਣ ਦੀ ਡੇਰੇ ਦੇ ਕੰਮ ਕਰ ਆਹੋ ਮੈਂ ਤਾਂ ਉਹ ਵੇਖਣ ਦੀ ਪਤਾ ਨਹੀਂ ਕਿੱਥੇ ਚਲ ਗਈ ਕਿੱਥੇ ਆਈ ਸਵੇਰ ਦੀ ਕੱਪੜੇ ਕੁੱਪੜੇ ਬੜੇ ਖਿਲ ਰਹੇ ਸੀ ਤੇ ਮੈਂ ਉਹ ਜੋੜਨ ਡਿਆ ਪਈ ਚਣੇ ਬਣਾਉਣੇ ਅੱਜ ਆ ਮੇਰਾ ਤਾਂ ਚਣੇ ਪੈਣ ਦੀ ਆ ਅੱਛਾ ਅੱਛਾ ਠੀਕ ਆ ਚਣੇ ਵੀ ਸਵਾਦ ਲੱਗਦੇ ਅੱਜ ਕੱਲ ਆਹੇ ਵੀ ਚੰਗੇ ਲੱਗਦੇ ਆ ਆਹੇ ਚਿੰਦੀ ਕੋਲ ਕੇ ਥੋੜੀ ਜੀ ਪਾ ਲਾਂਗੇ ਖੱਟੇ ਜੇ ਪਾਣੀ ਦੇ ਸਵਾਦ ਲੱਗਦੇ ਆ ਤੇ ਰਪਿੰਦਰ ਨਹੀਂ ਲੱਭਣ ਦੀ ਉਹ ਕਿੱਥੇ ਆ ਰਪਿੰਦਰ ਵੀ ਇੱਥੇ ਅੰਦਰ ਹੀ ਹੋਣੀ ਆਪਣੇ ਅੰਦਰ ਬੈਠੀ ਹੋਣੀ ਆ ਅੱਛਾ ਅੱਛਾ ਹਾਂ ਮੈਂ ਤੈਨੂੰ ਇੱਕ ਗੱਲ ਦੱਸਾਂ ਆ ਆਪਣੇ ਗਵਾਂਢ ਵਿਆਹ ਨਹੀਂ ਦਾ ਹੋਇਆ ਜੱਸੇ ਦੇ ਮੁੰਡੇ ਦਾ ਆਹੋ ਨਹੀਂ ਤੈਨੂੰ ਮੈਂ ਕੀ ਦੱਸਾਂ ਲੋਕੀ ਤੇ ਇੰਨਾ ਕੁਛ ਕਰਦੇ ਆ ਨਾ ਆ ਦੋ ਟਰਾਲੀਆਂ ਦਾਜ ਦੀਆਂ ਆਈਆਂ ਹੀ ਹੋ ਹੈ ਸੁੱਚੀ ਭੈਣ ਜੀ ਸਗਨ ਵਾਲੇ ਦੇਣੀ ਲੈ ਦੇਣ ਵਾਲੇ ਦਿੰਦੇ ਹੀ ਆ ਕੇ ਜਿੰਨਾ ਨਹੀਂ ਦੇਣਾ ਨਹੀਂ ਦਿੰਦੇ ਬਥੇਰਾ ਦਿੰਦੇ ਆ ਤੇ ਸਾਡੇ ਨਾਲ ਪੈੜੀ ਵੀ ਘੱਟ ਹੀ ਹੋ ਘੱਟ ਵਾ ਸਹੀ ਗੱਲ ਸਾਡੀ ਤੇ ਕਿਤੇ ਘਰ ਭਾਤਾ ਬਾਹਰਲੇ ਬੂਹਿਆਂ ਤੱਕ ਉਹਨਾਂ ਨੇ ਤੇ ਮੈਂ ਤੇ ਅੱਗੇ ਵੇਖਣ ਡਈ ਸੀਗੀ ਵੀ ਲੈ ਦੱਸ ਨਾ ਮੁੰਡਾ ਕੁਛ ਕਰਦਾ ਨਾ ਤੁਰਦਾ ਤੇ ਪੈੜੀ ਵੀ ਸਾਡੇ ਨਾਲ ਕਿਤੇ ਘੱਟ ਵਾ ਤੇ ਘਰ ਸਾਰਾ ਭਰ ਗਏ ਦਾਜ ਨਾਲ ਚਲੋ ਭੈਣ ਜੀ ਕੋਈ ਗੱਲ ਨਹੀਂ ਧੀ ਵਾਲਿਆਂ ਨੇ ਆਪਣਾ ਹੀ ਵੇਖਣਾ ਹੁੰਦਾ ਵਾ ਜਿੰਨੇ ਕੁ ਜੋਗੇ ਉਹਨਾਂ ਕੀ ਕਰਨਾ ਹੁੰਦਾ ਵਾ ਇਹ ਤੇ ਗੱਲ ਠੀਕ ਵਾ ਪਰ ਮੈਂ ਉਦਾਂ ਗੱਲ ਦੱਸੀ ਆ ਵੀ ਲੋਕੀ ਇਦਾਂ ਨਾ ਕਰ ਲੈਂਦੇ ਆ ਨਹੀਂ ਕਰਨ ਵਾਲੇ ਤੇ ਕਰਦੇ ਬਥੇਰਾ ਕੁਝ ਮੈਂ ਤਾਂ ਹੈਰਾਨ ਹੋ ਗਈ ਸੁਣ ਕੇ ਪੀਨਾ ਦਾਜ